होगा उसको निकाल के दूसरा। भाई बड़े स्टाइल से बैठा हुआ है यार, स्टाइल। तू फोटो खिंचा मेरे से, वीडियो बना रहे हैं। मैं भाई अपना बंदा बहुत ही फुद्दू बंदा। ਤੇ ਹਾਂਜੀ ਬਾਬਿਓ, ਜਿੱਦਾਂ ਕਿ ਸਵੇਰੇ ਅਸੀਂ ਉੱਠ ਗਏ ਹਾਂ ਅਤੇ ਟਾਈਮ ਹੋ ਗਿਆ 8:30 ਹੋਣ ਲੱਗੇ ਆ, ਅਤੇ ਗਾਇਸ ਪਹਿਲਾਂ ਕਰੋ ਦਰਸ਼ਨ, ਆਰਾਮ ਨਾਲ ਦਰਸ਼ਨ ਕਰੋ ਬਾਈ ਜੀ। ਅਤੇ ਹੋ ਗਏ ਦਰਸ਼ਨ ਜੀ, ਅਤੇ ਆਪਾਂ ਚੱਲਦੇ ਹਾਂ ਹੁਣ ਫੈਕਟਰੀ, ਮਾੜਾ ਜਿਹਾ ਪਹਿਲਾਂ ਜੋਂਗਾ ਗਰਮ ਕਰੀਏ ਆਪਣਾ। ਅਤੇ ਜਿੱਦਾਂ ਗਾਇਸ ਤੁਹਾਨੂੰ ਕਿਹਾ ਜੀ ਮੋਡੀਫਾਈ ਇਹਨੂੰ ਕਰਾਂਗੇ। ਅਤੇ ਗਾਇਸ ਕੋਈ ਆਪਣਾ ਰੂਮ ਨਹੀਂ ਦਿਖਾਉਂਦਾ, ਮੈਂ ਫਿਰ ਵੀ ਦਿਖਾ ਰਿਹਾ ਕਿੱਥੇ ਸੋਨਾ ਮੈਂ। ਆ ਗਾਇਸ ਇੱਧਰ ਮੈਂ ਸੋਨਾ, ਆਹ ਮੇਰਾ ਸਿਰਹਾਣਾ ਰੱਖਿਆ ਹੋਇਆ, ਆ ਰਜਾਈ ਮੈਂ ਇੱਧੀ ਰੱਖ ਇੱਧੀ ਛੱਡ ਕੇ ਚੱਲ ਜਾਣਾ ਕੰਮ 'ਤੇ। ਅਤੇ ਹੁਣ ਅਸੀਂ ਪਹੁੰਚ ਗਏ ਹਾਂ, ਟਰਾਂਸਪੋਰਟ ਜਾਣ ਲੱਗੇ ਹਾਂ। ਬਾਬੇ ਪਹਿਲਾਂ ਪਵਾਉਂਦੇ ਹਾਂ ਗੱਡੀ 'ਚ ਤੇਲ, ਉਸ ਤੋਂ ਬਾਅਦ ਹੀ ਜਾਵਾਂਗੇ। ਅਤੇ ਚਲੋ ਕਰਦੇ ਹਾਂ ਤੇਲ ਵਾਲਿਆਂ ਨਾਲ ਗੱਲਬਾਤ। ਪੈਟਰੋਲ ਪੰਪ ਵੀ ਆਪਣਾ ਨੇੜੇ ਹੀ ਆ, ਪਰ ਇੱਧਰ ਗੱਡੀਆਂ ਬੁੱਕ ਖੜੀਆਂ ਕਰ ਦਿੰਦੇ ਆ, ਪੂਰਾ ਬੁੱਕ ਹੁੰਦਾ ਵਾ, ਪਰ ਹੁਣ ਖਾਲੀ ਆ। ਬਾਬੇ ਉਹਦੇ ਆਲੇ ਬੰਦੇ ਨੂੰ ਮੈਂ ਬੁਲਾਇਆ, ਇਹਨੇ ਸੁਣਿਆ ਨਹੀਂ, ਫਿਰ ਮੈਂ ਹੋਰਨ ਮਾਰਿਆ, ਫਿਰ ਆਇਆ ਜਦੋਂ ਹੋਰਨ ਮਾਰਿਆ, ਦੇਖੋ ਕੀ ਕਹਿੰਦਾ ਫਿਰ। ਹੋਰ ਕਿਵੇਂ ਹੋ? ਫੋਟੋ ਖਿੱਚਿਆ ਮੇਰੇ ਤੇ, ਵੀਡੀਓ ਬਣਾ ਰਿਹਾ ਮੈਂ। ਅਰੇ ਮੈਂ ਕੀ ਬਤਾਊ, ਮੈਂ ਕੀ ਬਤਾਊ ਵਲੌਗ ਬਣਾ ਨਾ। ਭਾਈ ਇਸਮੇ ਕੈਸੇ ਪਤਾ ਲਗਤਾ ਹੈ ਕੌਨ ਸੀ ਚੀਜ਼ ਸਹੀ ਹੈ ਕੌਨ ਸੀ ਚੀਜ਼ ਗਲਤ ਹੈ? ਚੈੱਕ ਕਰਨਾ ਪਤਾ ਹੈ ਨਾ, ਕੈਸੇ ਹੱਥੋਂ ਸੇ ਚੈੱਕ ਕਰੋ ਇਹਨਾਂ ਦਾ ਹੀ। ਨਹੀਂ ਮਲਟੀਮੀਟਰ ਸੇ ਚੈੱਕ ਹੋਤਾ ਹੈ। ਅੱਛਾ ਅੱਛਾ, ਤੁਮ ਵੈਸੇ ਨਹੀਂ ਪਤਾ ਲਗਤਾ? ਨਹੀਂ, ਵੈਸੇ ਹੀ ਪਤਾ ਲੱਗੇਗਾ ਭੜਕਾ ਹੈ ਕੌਨ ਸਾ ਨਹੀਂ ਭੜਕਾ ਹੈ। ਅੱਛਾ ਅੱਛਾ, ਭਾਈ ਬੜੇ ਸਟਾਈਲ ਸੇ ਬੈਠਾ ਹੋਇਆ ਸਟਾਈਲ। ਮਾਲ ਉਤਰਵਾ ਲੇ, ਮਾਲ ਉਤਰਵਾ ਲੈ ਕੇ ਬੁਰਾ ਆ ਬਾਈ। ਕੈਸੇ ਹੋ ਓ ਬਾਈ? ਯੂ ਸ਼ੂਟ ਹੋ ਰਹੇ ਹੋ? ਆਪਣਾ ਬੰਦਾ ਬਹੁਤ ਹੀ ਫੁੱਦੂ ਬੰਦਾ, ਬਹੁਤ ਜ਼ਿਆਦਾ ਫੁੱਦੂ ਬੰਦਾ ਬਾਈ ਆ। ਹਾਂਜੀ ਬਾਬੇ, ਤੇ ਅਸੀਂ ਕਰਨ ਲੱਗੇ ਡਿਨਰ, ਤੇ ਅਸੀਂ ਬਣਾਈ ਸੀ ਆਲੂ ਮਟਰਾਂ ਦੀ ਸਬਜ਼ੀ ਤੇ ਨਾਲ। ਬਾਬੇ ਤੋਂ ਮਿਲਦੇ ਹਾਂ ਅਸੀਂ ਨੈਕਸਟ ਵਲੌਗ ਦੇ ਵਿੱਚ। ਓਕੇ ਬਾਏ।